ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ। ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਬਲਾਚੌਰ ਤੋਂ, ਜਿੱਥੇ ਕਿ ਬਲਾਚੌਰ ਤੋਂ ਹੁਸ਼ਿਆਰਪੁਰ ਮੁੱਖ ਮਾਰਗ ਉੱਤੇ ਤੇਜ਼ ਰਫ਼ਤਾਰ ਕੈਂਟਰ ਪਲਟਣ ਦੇ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਅੱਜ ਤਰਕਸਾਰ ਸਰੀਏ ਦਾ ਭਰਿਆ ਹੋਇਆ ਕੈਂਟਰ ਜਦੋਂ ਪਿੰਡ ਪਨਾਮ ਦੇ ਕੋਲ ਪਹੁੰਚਿਆ ਤਾਂ ਇਹ ਸੜਕ ਦੇ ਕਿਨਾਰੇ ਲੱਗੇ ਹੋਏ ਰੁੱਖ ਦੇ ਵਿੱਚ ਜਾ ਟਕਰਾਇਆ, ਜਿਸ ਦੇ ਚੱਲਦੇ ਹੋਏ ਟਰੱਕ ਚਾਲਕ ਦੀ ਮੌਕੇ ਉੱਤੇ ਮੌਤ ਹੋ ਗਈ। ਮਿਲੀ ਜਾਣਕਾਰੀ ਦੇ ਮੁਤਾਬਕ ਡਰਾਈਵਰ ਦੀ ਅੱਖ ਲੱਗ ਗਈ ਸੀ ਤੇ ਜਿਸ ਦੇ ਚੱਲਦੇ ਹੋਏ ਇਹ ਹਾਦਸਾ ਵਾਪਰਿਆ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਇਸ ਹਾਦਸੇ ਦੇ ਵਿੱਚ ਟਰੱਕ ਬੁਰੀ ਤਰ੍ਹਾਂ ਚਕਨਾ ਚੂਰ ਹੋ ਗਿਆ ਤੇ ਰੁੱਖ ਵਿੱਚ ਵੱਜਣ ਤੋਂ ਬਾਅਦ ਝੋਨੇ ਦੇ ਖੇਤ ਵਿੱਚ ਪਲਟ ਗਿਆ, ਜਿਸ ਦੌਰਾਨ ਡਰਾਈਵਰ ਬੁਰੀ ਤਰ੍ਹਾਂ ਇਸ ਗੱਡੀ ਦੇ ਵਿੱਚ ਫਸ ਗਿਆ ਤੇ ਉਸ ਦੀ ਗਰਦਨ ਬਾਹਰ ਨੂੰ ਲਮਕ ਗਈ ਤੇ ਜਿਸ ਤੋਂ ਬਾਅਦ ਉਸ ਦੀ ਮੌਕੇ ਉੱਤੇ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਟਰੱਕ ਜੰਮੂ ਵੱਲ ਨੂੰ ਜਾ ਰਿਹਾ ਸੀ ਅਤੇ ਸਥਾਨਕ ਪੁਲਿਸ ਵੀ ਮੌਕੇ ਉੱਤੇ ਪਹੁੰਚ ਗਈ ਹੈ ਅਤੇ ਇਸ ਸੜਕੀ ਹਾਦਸੇ ਦੀ ਜਾਂਚ ਕਰ ਰਹੀ ਹੈ। ਬਲਾਚੌਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਮੇਹਲ ਸੂੰਗੜਾ ਦੀ ਰਿਪੋਰਟ। 2:30 ਵਜੇ ਮੱਥਾ ਟੇਕਣ ਗਿਆ ਸੀ ਗੁਰਦੁਆਰਾ ਸਾਹਿਬ ਘਰ ਤੋਂ, ਉਸ ਟਾਈਮ ਹੋਇਆ ਕੀ ਮੀਂਹ ਬਹੁਤ ਪੈਂਦਾ ਸੀ ਉਸ ਟਾਈਮ ਹੋਇਆ ਸੀ ਮੀਂਹ ਬਹੁਤ ਪੈਂਦਾ ਸੀ। ਕੀ ਕਾਰਨ ਲੱਗ ਰਿਹਾ ਇਹਦਾ? ਨੀਂਦ ਨੂੰ ਲਾ ਕੇ ਲੱਗਦਾ ਸ਼ਾਇਦ। ਪਹੁੰਚ ਗਏ ਬਾਕੀ ਗਾੜੀ ਤੱਪੀ ਚੱਲਦੀ ਆ, ਮਾਲਕ ਗੱਡੀ ਦੇ ਆ ਰਹੇ ਆ, ਕੀ ਕਾਰਨ ਲੱਗ ਰਿਹਾ ਤੁਹਾਨੂੰ? ਕਾਰਨ ਲੱਗਦਾ ਕੋਈ ਨੀਂਦ ਨੂੰ ਲੱਗਦਾ ਆ ਗਈ ਇਹਨੂੰ, ਅਤੇ ਗੱਡੀ ਦਾ ਪਤਾ ਲੱਗਦਾ ਵੀ ਕਿੱਥੇ ਵੀ ਜਾ ਰਹੀ ਸੀਗੀ। ਤੁਹਾਨੂੰ ਕੋਈ ਹੋਰ ਕਨਫਰਮ ਹੈ? ਮਾਲਕਾਂ ਤੋਂ ਪਤਾ ਲੱਗੂ ਮਾਲਕ ਆ ਰਿਹਾ, ਗੱਡੀ ਕਿੱਥੋਂ ਤੋਂ ਚੱਲੀ ਹੈ, ਕਿੱਥੇ ਜਾ ਰਹੀ ਹੈ। ਗੱਡੀ ਦੇ ਵਿੱਚ ਕਿੰਨੇ ਕੁ ਵਿਅਕਤੀ ਸੀ ਕੁਛ ਪਤਾ? ਵਿਅਕਤੀ ਲੈ ਕੇ ਹੈ ਜੀ ਗੱਡੀ।